ਜਿੰਨੀ ਸਟਾਰ ਕਾਸਟ ਹੈ ਜੀ ਮੇਰੇ ਤਾਂ ਸਾਰੇ ਪੁਰਾਣੇ ਦੋਸਤ ਨੇ ਜੀ। ਸੋ ਮੈਂ ਆਪਣਾ ਮੈਨੂੰ ਯਾਦ ਆ ਕਿ ਜਿਹੜਾ ਬੀਨੂ ਦਾ ਜਿੰਨਾ ਸਟਰਗਲ ਟਾਈਮ ਹੈ ਫਿਲਮਾਂ ਦੇ ਵਿੱਚ ਉਹਨੇ ਸਾਰਾ ਮੇਰੇ ਨਾਲ ਹੀ ਸਪੈਂਡ ਕੀਤਾ ਆਪਣਾ। ਸੋ ਸ਼ੁਰੂ ਤੋਂ ਲੈ ਕੇ ਜਦੋਂ ਛੋਟੇ ਛੋਟੇ ਬੀਨੂ ਬਾਈ ਰੋਲ ਕਰਦਾ ਹੁੰਦਾ ਸੀ ਇੱਕ ਇੱਕ ਦੋ ਦੋ ਲਾਈਨਾਂ ਵਾਲੇ ਜਾਂ ਕੁਛ ਵੀ, ਸੋ ਸਾਰੀਆਂ ਚੀਜ਼ਾਂ ਉਹਨੇ ਮੇਰੇ ਨਾਲ ਸਪੈਂਡ ਕੀਤੀਆਂ। ਘੁੱਗੀ ਭਾਅ ਜੀ ਨੂੰ ਮੈਂ ਬਹੁਤ ਪੁਰਾਣਾ ਜਾਣਦਾ, ਸੋ ਭੱਲਾ ਸਾਹਿਬ ਨਾਲ ਵੀ ਬਹੁਤ ਪੁਰਾਣੀ ਐਸੋਸੀਏਸ਼ਨ ਆ। ਸੋ ਇੱਦਾਂ ਦਾ ਮਨ 'ਚ ਬਿਲਕੁਲ ਨਹੀਂ ਸੀ ਰਹਿੰਦਾ ਕਿ ਯਾਰ ਇਹ ਐਕਟਰ ਨੇ ਜਾਂ ਇਹ ਵੱਡੇ ਐਕਟਰ ਨੇ ਜਾਂ ਇਹ ਕਾਮੇਡੀ ਦੇ ਵਿੱਚ ਇਹਨਾਂ ਦੀ ਪਕੜ ਬੜੀ ਹੈ, ਕਮਾਂਡ ਬੜੀ ਹੈ। ਈਵਨ ਕਰਮਜੀਤ ਅਨਮੋਲ ਜਦੋਂ ਮੈਂ ਇਨ 2001-2000 ਦੇ ਵਿੱਚ ਮੈਂ ਬਹੁਤ ਸਟਰਗਲ 'ਚ ਹੁੰਦਾ ਸੀਗਾ। ਸੋ ਉਸ ਵਕਤ ਕਰਮਜੀਤ ਬਾਈ ਵੀ ਸਿਰਫ ਸਿੰਗਰ ਹੀ ਸੀਗਾ, ਉਹ ਵੀ ਐਕਟਿੰਗ ਦੇ ਵਿੱਚ ਹੈ ਨਹੀਂ ਸੀਗਾ। ਸੋ ਅਸੀਂ ਡੇਲੀ ਰੋਜ਼ ਇਕੱਠੇ ਵਾਲੀਬਾਲ ਖੇਡਦੇ ਹੁੰਦੇ ਸੀਗੇ, ਮੈਨੂੰ ਯਾਦ ਆ। ਮੇਰੇ ਕੋਲ ਕਾਰ ਨਹੀਂ ਸੀ ਹੁੰਦੀ, ਕਰਮਜੀਤ ਕੋਲ ਕਾਰ ਹੁੰਦੀ ਸੀਗੀ, ਉਹ ਮੈਨੂੰ ਘਰੋਂ ਚੱਕ ਕੇ ਵੀ ਲੈ ਕੇ ਜਾਂਦਾ ਹੁੰਦਾ ਸੀ, ਮੈਨੂੰ ਘਰੇ ਡਰੋਪ ਵੀ ਕਰਕੇ ਜਾਂਦਾ ਹੁੰਦਾ ਸੀਗਾ। ਸੋ ਉਹ ਟਾਈਮ ਬੜਾ ਇਕੱਠਿਆਂ ਨੇ ਬਿਤਾਇਆ ਵਾ ਉਦੋਂ। ਸੋ ਮੇਰੇ ਲਈ ਤਾਂ ਸਾਰੇ ਦੋਸਤ ਹੀ ਨੇ। ਸੋ ਹੁਣ ਤੱਕ ਅੱਜ ਟੱਚਵਰਡ ਬੜੀ ਖੁਸ਼ੀ ਹੁੰਦੀ ਹੈ ਕਿ ਯਾਰ ਇਕੱਠਿਆਂ ਨੇ ਕਿੰਨਾ ਇੱਦਾਂ ਦਾ ਸਮਾਂ ਦੇਖਿਆ ਵੀ ਕੁਛ ਨਹੀਂ ਸੀ ਹੁੰਦਾ। ਕੱਲ੍ਹ ਹੀ ਅਸੀਂ ਗੱਲ ਕਰ ਰਹੇ ਸੀਗੇ ਕਿ ਇੱਕ ਜਗ੍ਹਾ 'ਤੇ ਬੈਠੇ ਸੀ, ਉੱਥੇ ਨਾ ਸਾਰਿਆਂ ਨੇ ਹਜ਼ਾਰ ਹਜ਼ਾਰ ਰੁਪਇਆ ਦੇਣਾ ਸੀਗਾ। ਉਹ ਕੋਈ ਆਰਟਿਸਟਾਂ ਦੀ ਕੋਈ ਸੀਗੀ, ਕੋਈ ਮੀਟਿੰਗ ਵੀ ਕੁਛ ਕਰਨਾ ਹੈ ਜੀ, ਉਹਦੇ ਲਈ ਪੈਸੇ ਇਕੱਠੇ ਕਰਨੇ ਆ। ਸੋ ਮੈਂ ਅਤੇ ਦੋ ਜਣੇ ਹੋਰ ਬੈਠੇ ਜੀ, ਸਾਡੇ ਕੋਲ 1000 ਰੁਪਈਆ ਹੀ ਨਾ। ਮੈਂ ਕਿਹਾ ਯਾਰ ਕੀ ਕਰੀਏ, ਸਾਰੇ ਪੈਸੇ ਇਕੱਠੇ ਕਰਨ ਲੱਗ ਗਏ ਅੱਗੇ। ਮੈਂ ਕਿਹਾ ਨਿਕਲ ਜਾਂਦੇ ਆਪਾਂ, ਮਤਲਬ ਕਿ ਦੇਣੇ ਹੋ ਗਏ ਜਾਣੂ, ਅਸੀਂ ਨਿਕਲਣ ਦੀ ਪਲੈਨਿੰਗ ਬਣਾਈ, ਉਹ ਆ ਗਏ। ਸੋ ਸੀਨੀਅਰ ਆਰਟਿਸਟ ਸੀਗੇ ਉੱਥੇ, ਗਈ ਕਹਿੰਦੇ ਕੱਢੋ ਬਈ। ਸੋ ਇੱਥੇ 3-4 ਜਣਿਆਂ ਨੇ ਰਲ ਕੇ ਪੈਸੇ ਇਕੱਠੇ ਕੀਤੇ ਅਤੇ ਰੁਪਈਆ 1200-1300 ਇਕੱਠਾ ਹੋਇਆ, 1000 ਰੁਪਇਆ ਪਰ ਹੈੱਡ ਦੇਣਾ ਜੀ। ਫਿਰ ਇੱਦਾਂ ਹਾਰੀ ਕਰਕੇ ਆਏ ਉੱਥੇ, ਅਸੀਂ ਕਿਹਾ ਜੀ ਅਗਲੀ ਵਾਰੀ ਦੇਵਾਂਗੇ, ਅਗਲੀ ਵਾਰੀ ਤੋਂ ਅਸੀਂ ਗਏ ਹੀ ਨਹੀਂ ਗਏ ਉੱਥੇ, ਹੈ ਨਾ। ਸੋ ਉਦੋਂ ਨਹੀਂ ਸੀ ਹੁੰਦੇ। ਸੋ ਅੱਜ ਚੰਗਾ ਲੱਗਦਾ ਕਿ ਯਾਰ ਜਿਹੜੇ ਉਹ ਸਾਰੇ ਉਦੋਂ ਭੱਜਦੇ ਸੀ ਜਿਹਨਾਂ ਕੋਲ ਕੁਛ ਨਹੀਂ ਸੀਗਾ, ਸੋ ਹੌਲੀ ਹੌਲੀ ਟੱਚਵੁੱਡ ਸਾਰੇ ਰਾਈਜ਼ ਕਰ ਗਏ, ਕੱਚੇ ਮੁਕਾਮ 'ਤੇ ਪਹੁੰਚੇ ਨੇ। ਸੋ ਮੇਰੇ ਲਈ ਇਹ ਸਾਰੇ ਉਦੋਂ ਦੇ ਦੋਸਤ ਨੇ। ਸੋ ਮੈਨੂੰ ਕੋਈ ਜ਼ਿਆਦਾ ਇਹਨਾਂ ਨਾਲ ਐਂ ਨਹੀਂ ਲੱਗਦਾ, ਤਾਂ ਹੀ ਅਸੀਂ ਜਦੋਂ ਸੈੱਟ 'ਤੇ ਬਹਿੰਦੇ ਹਾਂ ਗੱਲਾਂ ਮਾਰਦੇ ਹਾਂ ਤਾਂ ਅਸੀਂ ਬਹੁਤ ਫਰੈਂਡਲੀ ਹੁੰਦੇ ਹਾਂ। ਇੱਦਾਂ ਦਾ ਵੀ ਕੋਈ ਬੰਦਾ ਸੀ ਜਿਹੜਾ ਜਿੱਦਾਂ ਹੀ ਟੇਕ ਖਤਮ ਹੁੰਦਾ ਹੈ ਅਤੇ ਉਹ ਸਭ ਤੋਂ ਪਹਿਲੇ ਖਾਣ ਨੂੰ ਜਾਂਦਾ? ਭੱਲੇ ਸਾਹਿਬ ਉਹਨਾਂ ਦਾ ਨਾਮ ਲੈ, ਉਹ ਬਹੁਤ ਸੀਗੇ ਜੀ ਇੱਦਾਂ, ਬਹੁਤ ਬੜੇ ਜਿਹੜੇ ਨਹੀਂ ਹੈਗੇ ਬਹੁਤ ਜ਼ਿਆਦਾ। ਭੱਲਾ ਜੀ ਕਿਉਂ ਨਹੀਂ ਗਏ? ਭੱਲਾ ਜੀ ਤਾਂ ਦੇਖੋ ਜੀ, ਉਹ ਮਿੱਠਾ ਉਹਨਾਂ ਨੂੰ ਮਨਾ ਕੀਤਾ ਹੋਇਆ, ਤਾਂ ਵੀ ਜਲੇਬੀਆਂ ਨੂੰ ਖੁੱਲ ਖੁੱਲ ਜਾਂਦਾ ਸੀਗਾ ਵੀ ਮੈਨੂੰ ਛੱਡ ਦਿਓ, ਮਿੰਨਤਾਂ ਕਰ ਕਰ ਜੀ। ਭੱਲਾ ਜੀ ਨੇ ਸੁਣ ਲੈਣਾ, ਦੇਖ ਲਿਓ ਭੱਲਾ ਜੀ ਜੋ ਮਰਜ਼ੀ ਸੁਣ ਲੈਣ, ਭੱਜਾ ਜੀ ਨੂੰ ਜਲੇਬੀ ਦਿਖਾ ਕੇ ਜਿਹੜਾ ਕੰਮ ਮਰਜ਼ੀ ਕਰਾ ਲਓ, ਜੋ ਮਰਜ਼ੀ ਕਰਾ ਲਓ। ਭੱਲਾ ਜੀ ਹੱਥ ਜੋੜ ਲੈਣਗੇ ਜਲੇਬੀ ਦੇਖ ਕੇ ਵੀ ਹਾਂਜੀ ਬਸ ਪਲੀਜ਼ ਮੈਨੂੰ ਜਲੇਬੀ ਦੇ ਦਿਓ, ਜੋ ਮਰਜ਼ੀ ਕਰਾ ਲਓ। ਬਿਲਕੁਲ। ਅੱਛਾ, ਸਭ ਤੋਂ ਲੇਜ਼ੀ ਕੌਣ ਸੀਗਾ, ਜਿਹੜੇ ਲੇਟ ਕੌਣ ਪਾਉਂਦਾ ਸੀਗਾ ਸੈੱਟ 'ਤੇ? ਮੈਂ ਤੇ ਗਿੱਪੀ ਹਮੇਸ਼ਾ ਟਾਈਮ ਤੇ ਹੁੰਦੇ ਸੀ, ਇਹ ਗੱਲ ਸਾਰੇ ਮੰਨਣ। ਲੇਜ਼ੀ ਕੌਣ ਹੋਊਗਾ? ਕਿਤੇ ਡਾਇਰੈਕਟਰ ਸਾਹਿਬ ਤਾਂ ਨਹੀਂ ਲੇਟ ਹੁੰਦੇ? ਨਹੀਂ ਨਹੀਂ, ਡਾਇਰੈਕਟਰ ਸਾਹਿਬ ਤਾਂ ਠੀਕ ਸੀਗੇ, ਪਰ ਇਦਾਂ ਹੁਣ ਘੁੱਗੀ ਭਾਈ ਦਾ ਨਾਂ ਲੈਂਦੇ ਵੀ ਚੰਗੇ ਲੱਗਦੇ, ਹਨਾ। ਲੈਣ ਦੋ ਘੁੱਗੀ ਭਾਈ ਤਾਂ ਨਹੀਂ, ਘੁੱਗੀ ਭਾਈ ਤਾਂ ਟਾਈਮ ਦੇ ਹੁੰਦੇ ਸੀਗੇ। ਤੇ ਹੋਰ ਬੀਨੂ ਸਾਰਿਆਂ ਦੇ ਲਾ ਦੋ, ਉਹ ਬਾਕੀ ਦੇ ਜਿਹੜੇ ਆ ਪੋਸਟਰ ਦੇ ਜਿੰਨੇ ਬਾਕੀ ਖੜੇ ਨੇ, ਇਹ ਸਾਰੇ ਬਹੁਤ ਲੇਜ਼ੀ ਨੇ ਜੀ, ਮੈਨੂੰ ਤਾਂ ਸੁਣਨ ਨੂੰ ਛੱਡ ਕੇ। ਇਹ ਇੱਕ ਹੋਰ ਜੀ, ਸੈੱਟ ਤੇ ਸਭ ਤੋਂ ਜ਼ਿਆਦਾ ਸੈਲਫੀਆਂ ਕੌਣ ਲੈਂਦਾ ਸੀਗਾ? ਸੈਲਫੀਆਂ ਕੌਣ ਲੈਂਦਾ? ਉਪਾਸਨਾ ਜੀ ਵੀ ਬਹੁਤ ਸੈਲਫੀਆਂ ਲੈਂਦੇ। ਹਾਂ, ਨਹੀਂ ਨਹੀਂ, ਸਭ ਤੋਂ ਜ਼ਿਆਦਾ ਫੋਟੋ ਸ਼ੂਟ ਤਾਂ ਭੱਲਾ ਜੀ, ਭੱਲਾ ਸਾਹਿਬ ਤੇ ਉਪਾਸਨਾ ਜੀ ਨੇ ਆਪਸ ਦੇ ਵਿੱਚ ਹੀ ਖਿੱਚ ਖਿੱਚ ਫੋਟੋ ਇੰਨਾ ਬੁਰਾ ਹਾਲ ਕੀਤਾ ਵੀ। ਉਪਾਸਨਾ ਜੀ ਵੈਸੇ ਸੈਲਫੀਆਂ ਬਹੁਤ ਲੈਂਦੇ ਨੇ, ਤੇ ਉਸ ਤੋਂ ਬਿਨਾਂ ਹੋਰ ਕਰਮਜੀਤ ਅਨਮੋਲ। ਅੱਛਾ, ਕਰਮਜੀਤ ਅਨਮੋਲ ਬਹੁਤ ਫੋਟੋਆਂ ਖਿੱਚਦਾ। ਮਤਲਬ ਅੱਜ ਕੱਲ ਦੇ ਟਾਈਮ ਤੇ ਆਪਾਂ ਕਹਿ ਸਕਦੇ ਆ ਵੀ ਮੁੰਡਿਆਂ ਨੂੰ ਜ਼ਿਆਦਾ ਚਾਹ ਹੋ ਗਿਆ, ਕੁੜੀਆਂ ਅੱਜ ਕੱਲ ਪਿੱਛੇ ਹੋ ਗਈਆਂ ਸੀ। ਨਹੀਂ ਨਹੀਂ, ਉਪਾਸਨਾ ਜੀ ਤਾਂ ਖਿੱਚ ਰਹੇ ਨੇ। ਉਪਾਸਨਾ ਜੀ, ਭੱਲਾ ਜੀ ਤੇ ਆਈ ਥਿੰਕ ਕਰਮਜੀਤ ਜੀ ਸਭ ਤੋਂ ਜ਼ਿਆਦਾ ਫੋਟੋਆਂ ਖਿੱਚਦੇ।